ਜਗਬਾਨੀ ਟੀਵੀ ਦੇ ਨਾਲ ਤੁਸੀਂ ਬਣੇ ਹੋ ਮੈਂ ਹਾਂ ਸੁਖ ਸੋਹਲ ਸੋ ਅੱਜ ਦੀਪ ਸਿੱਧੂ ਦੀ ਆਖਰੀ ਰਸਮਾਂ ਦੇ ਦੌਰਾਨ ਅਸੀਂ ਦੇਖਿਆ ਕਿ ਥ੍ਰੀਕੇ ਪਿੰਡ ਦੇ ਵਿੱਚ ਲੱਖਾਂ ਦਾ ਇਕੱਠ ਜਿਹੜਾ ਸੀ ਉਹ ਦੇਖਣ ਨੂੰ ਮਿਲਿਆ ਦੀਪ ਨੂੰ ਪਿਆਰ ਕਰਨ ਵਾਲੇ ਲੋਕ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਨੌਜਵਾਨ ਬਜ਼ੁਰਗ ਬੱਚੇ ਮਾਤਾਵਾ ਭੈਣਾ ਇਸ ਇਕੱਠ ਦੇ ਵਿੱਚ ਨਜ਼ਰ ਆਈਆਂ ਜੋ ਦੀਪ ਸਿੱਧੂ ਦੇ ਤੁਰ ਜਾਣ ਤੇ ਉਹਨਾਂ ਦੀ ਆਖਰੀ ਰਸਮਾਂ ਤੇ ਹੰਝੂ ਵਹਾਉਂਦੀਆਂ ਨਜ਼ਰ ਆਈਆਂ ਇੱਕ ਛੋਟਾ ਜਿਹਾ ਬੱਚਾ ਹੈ ਮੇਰੇ ਨਾਲ ਇਸ ਬੱਚੇ ਦੇ ਹੱਥ 'ਚ ਆ ਦੀਪ ਸਿੱਧੂ ਹੁਣਾਂ ਦੀ ਤਸਵੀਰ ਦਾ ਪੋਸਟਰ ਹੈ ਦੀਪ ਸਿੱਧੂ ਦੇ ਹੱਕ ਤੇ ਬੱਚਾ ਨਾਰੇ ਲਗਾ ਰਿਹਾ ਸੀ ਤਾਂ ਮੈਂ ਪੁੱਛਿਆ ਕਿ ਇੱਥੇ ਆਉਣ ਦਾ ਕੀ ਮਕਸਦ ਸੀ ਕਿਉਂਕਿ ਦੀਪ ਸਿੱਧੂ ਅਸੀਂ ਅਕਸਰ ਆਖਦੇ ਹਾਂ ਕਿ ਨੌਜਵਾਨਾਂ ਦਾ ਜ਼ਿਆਦਾ ਆਕਰਸ਼ਿਤ ਸਾਨੂੰ ਉਹਨਾਂ ਵੱਲ ਪਰ ਬੱਚੇ ਵੀ ਜਿਹੜੇ ਸਨ ਦੀਪ ਸਿੱਧੂ ਨੂੰ ਪਿਆਰ ਕਰਦੇ ਸਨ ਕਿ ਅੱਜ ਅੰਤਮ ਰਸਮਾਂ ਦੇ ਸਮੇਂ ਦੇ ਉੱਤੇ ਬੱਚਿਆਂ ਨੇ ਵੀ ਵੱਡੀ ਗਿਣਤੀ 'ਚ ਹਾਜ਼ਰੀ ਲਵਾਈ ਤੁਹਾਡਾ ਕੀ ਨਾਮ ਹੈ ਸ਼ਿਬਾਰ ਸਿੰਘ ਕਿੱਥੋਂ ਆਇਓ ਡੋਰ ਤੋਂ ਇਹ ਕਿੱਥੇ ਵੰਦਾ ਸਾਦਕ ਪਿੰਡ ਦੇ ਕੋਲ ਹੈ ਹਾਂਜੀ ਤੇ ਦੀਪ ਸਿੱਧੂ ਦੀ ਤਸਵੀਰ ਤੁਸੀਂ ਫੜੀ ਹੋਈ ਆ ਪਹਿਲਾਂ ਸੁਣਦੇ ਸੀ ਦੀਪ ਸਿੱਧੂ ਨੂੰ ਕੀ ਚੰਗਾ ਕੀ ਲੱਗਦਾ ਸੀ ਦੀਪ ਸਿੱਧੂ 'ਚ ਵੀ ਉਹ ਫਿਲਮਾਂ ਚੰਗੀਆਂ ਵੀ ਬਣਾਉਂਦਾ ਸੀਗਾ ਦੀਪ ਸਿੱਧੂ ਨੇ ਸਾਡੀ ਕਾਮ ਨੂੰ ਜਗਾਇਆ ਦੀਪ ਸਿੱਧੂ ਦੇ ਪਾਸ਼ੰਦ ਹੁੰਦੇ ਹੁੰਦੇ ਸੀ ਪਹਿਲਾਂ ਹਾਂਜੀ ਕਦੀ ਮਿਲੇ ਵੀ ਸੀ ਦੀਪ ਸਿੱਧੂ ਨੂੰ ਨਹੀਂ ਜੀ ਕਦੀ ਨਹੀਂ ਮਿਲੇ ਅੱਜ ਫਿਰ ਕਿਵੇਂ ਦਿਲ ਕੀਤਾ ਇੱਥੇ ਆਉਣ ਦੇ ਲਈ ਕਿ ਅ ਜਿੱਥੇ ਇਨਾ ਇਕੱਠੇ ਏ ਕਿ ਮੈਂ ਵੀ ਜਾਵਾਂ ਤੇ ਜਿਹੜੀ ਅੰਤਮ ਵਧਾਈ ਹੈ ਉਹ ਦੀਪ ਸਿੱਧੂ ਨੂੰ ਦੇਵਾਂ ਮੇਰਾ ਦਿਲ ਕੀਤਾ ਵੀ ਮੈਂ ਵੀ ਜਾਵਾਂ ਇੱਕ ਵਾਰੀ ਵੇ ਹੂੰ ਕੌਣ ਨਾਲ ਕੌਣ ਆਇਆ ਤੁਸੀਂ ਮੇਰਾ ਪਿਤਾ ਹੂੰ ਕਿਹੜੀ ਕਲਾਸ ਚ ਪੜਦੇ ਹੋ ਤੀਜੀ ਹੂੰ ਪਹਿਲਾਂ ਵੀ ਦਿੱਲੀ ਅੰਦੋਲਨ ਚ ਵੀ ਗਏ ਸੀ ਕਦੀ ਇੱਕ ਵਾਰ ਗਿਆ ਸੀ ਉੱਥੇ ਨਹੀਂ ਮੇਲ ਹੋਇਆ ਦੀਪ ਸਿੱਧੂ ਦੇ ਨਾਲ ਨਹੀਂ ਜੀ ਹੂੰ ਇਹ ਜਿਹੜੀ ਤਸਵੀਰ ਤੁਸੀਂ ਫੜੀ ਹੋਈ ਹੈ ਦੀਪ ਸਿੱਧੂ ਦੇ ਹੱਥ 'ਚ ਮੈਂ ਦੇਖਿਆ ਨਾਰੇ ਵੀ ਲਗਾ ਰਹੇ ਸੀ ਤੁਸੀਂ ਦੀਪ ਸਿੱਧੂ ਜਿੰਦਾਬਾਦ ਦੇ ਨਾਰੇ ਲਗਾ ਰਹੇ ਸੀ ਚੰਗਾ ਕੀ ਲੱਗਦਾ ਸੀ ਮਤਲਬ ਕਿਵੇਂ ਦੇ ਇਨਸਾਨ ਤੁਹਾਨੂੰ ਲੱਗਦਾ ਸੀ ਕੀ ਲੱਗਦਾ ਹੈ ਕਿ ਉਹਨਾਂ ਦੀ ਇਦਾਂ ਡੈਥ ਹੋਣੀ ਚਾਹੀਦੀ ਸੀ ਮਤਲਬ ਕਿ ਲੱਗਦਾ ਹੈ ਕਿ ਕੋਈ ਘਾਟਾ ਸਾਨੂੰ ਪਿਆ ਉਹਨਾਂ ਦੇ ਜਾਨ ਨਾਲ ਹਾਂਜੀ ਘਾਟਾ ਪਿਆ ਵੀ ਨਾ ਨੇ ਵਧੀਆ ਵੀ ਕਾਮ ਨੂੰ ਜਗਾਇਆ ਤੇ ਜਦੋਂ ਖਬਰ ਸੁਣੀ ਸੀ ਕਿਵੇਂ ਪਤਾ ਲੱਗਾ ਸੀ ਦੀਪ ਸਿੱਧੂ ਦੀ ਰਤਬਾਰੀ ਦਾ ਫੇਸਬੁੱਕ ਤੇ ਨਿਊਜ਼ ਵੇਖੀਆਂ ਫਿਰ ਪਤਾ ਲੱਗਿਆ ਹਮ ਯਕੀਨ ਨਹੀਂ ਸੀ ਪਹਿਲਾਂ ਯਕੀਨ ਹੋ ਗਿਆ ਸੀ ਕਿ ਪਹਿਲਾਂ ਲੱਗਿਆ ਕਿ ਕੋਈ ਝੂਠ ਬੋਲਦਿਆ ਹੈ ਜਾਂ ਨਹੀਂ ਜੀ ਪਹਿਲਾਂ ਯਕੀਨ ਨਹੀਂ ਹੋਇਆ ਸੀ ਜਦੋਂ ਵੇਖੀਆਂ ਨਿਊਜ਼ ਪੜ੍ਹੀਆਂ ਉਦੋਂ ਯਕੀਨ ਹੋਇਆ ਹਮ ਪਹਿਲਾਂ ਵੀ ਦੀਪ ਸਿੱਧੂ ਨੂੰ ਸੁਣਦੇ ਰਹਿੰਦੇ ਸੀ ਫੇਸਬੁੱਕ ਦੇ ਉੱਤੇ ਜਾਂ ਕਿਵੇਂ ਹਾਂਜੀ ਪਹਿਲਾਂ ਵੀ ਇੱਕ ਵਾਰੀ ਮੈਂ ਫੇਸਬੁੱਕ ਤੇ ਵੇਖਿਆ ਸੀ ਤੇ YouTube ਤੇ ਮੈਂ ਵੇਂਦਾ ਹੀ ਰਹਿੰਦਾ ਸੀ ਹੂੰ ਅਛਾ ਭਾਸ਼ਣ ਜਿਹੜੇ ਹੁੰਦੇ ਸੀ ਉਹ ਸੁਣਦੇ ਰਹਿੰਦੇ ਸੀ ਹਾਂਜੀ ਜਿਹੜੀ ਜੋਰਾ ਨੰਬਰ 10 ਨੰਬਰ ਫੈਲਮ ਆਈ ਸੀ ਉਹ ਵੀ ਮੈਂ ਵੇਖੀ ਹੋਈ ਆ ਹੂੰ ਸਪੈਸ਼ਲ ਦੀਪ ਸਿੱਧੂ ਕਰਕੇ ਦੇਖੀ ਹਾਂਜੀ ਹੂੰ ਵਧੀਆ ਲੱਗਦਾ ਸੀ ਅਦਾਕਾਰੀ ਜਾਂ ਫਿਰ ਜਿਹੜਾ ਉਹਨਾਂ ਦਾ ਸੁਭਾਅ ਸੀ ਜਾਂ ਭਾਸ਼ਣ ਜਿਹੜੇ ਦਿੰਦੇ ਸੀ ਸੁਭਾਅ ਉਹਨਾਂ ਦਾ ਬਹੁਤ ਵਧੀਆ ਸੀ ਹਮ ਸੁਭਾਅ ਵਧੀਆ ਸੀ ਹਾਂਜੀ ਨਾਲੇ ਉਹ ਬਹੁਤ ਵਧੀਆ ਚੰਗੀ ਲੁੱਕ ਸੀ ਲੁੱਕ ਸੀ ਹਮ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਇਕੱਠੀਆਂ ਇੱਕ ਵਾਰ ਫਿਰ ਦਿਖਾਉਂਦੇ ਚੱਲਾਂਗੇ ਅੰਤਿਮ ਰਸਮਾਂ ਤੋਂ ਬਾਅਦ ਵੀ ਲੱਖਾਂ ਦੀ ਤਾਦਾਦ ਚ ਲੋਕ ਜਿਹੜੇ ਨੇ ਉਹ ਇਸ ਵੇਲੇ ਦੇ ਤਰੀਕੇ ਦੇ ਪਿੰਡ ਦੇ ਤਰੀਕੇ ਹੋਣਾ ਦਾ ਇਹ ਤਰੀਕਾ ਪਿੰਡੇ ਮਸ਼ਹੂਰ ਗੀਤਕਾਰ ਨੇ ਤੇ ਇੱਥੇ ਇਸ ਵੇਲੇ ਦੀਪ ਸਿੱਧੂ ਦਾ ਪਰਿਵਾਰ ਜੋ ਰਹਿ ਰਿਹਾ ਸੀ ਤੇ ਇੱਥੇ ਹੀ ਅੰਤਮ ਸੰਸਕਾਰ ਉਹਨਾਂ ਦਾ ਕੀਤਾ ਗਿਆ ਸੋ ਛੋਟੇ ਬੱਚੇ ਨੇ ਦੱਸਿਆ ਕਿ ਸਿਰਫ ਅਦਾਕਾਰ ਨਹੀਂ ਸੁਭਾ ਵਧੀਆ ਸੁਭਾ ਦੇ ਮਾਲਕ ਸੀ ਤੇ ਇਹੀ ਸੀ ਕਿ ਉਹ ਖੇਚ ਉਹਨਾਂ ਨੂੰ ਇੱਥੇ ਲੈ ਆਈ ਕਿ ਅੰਤਮ ਰਸਮਾਂ ਦੇ ਮੌਕੇ ਤੇ ਉੱਤੇ ਉਹ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਸਹਿਯੋਗੀ ਸਾਹਿਬ ਸਿੰਘ ਦੇ ਨਾਲ ਮੈਂ ਸੁਖ ਸੋਹਲ ਜਗ ਬਣੀ ਟੀਵੀ